ਅਵਾਜੀ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੇ ਮੁੱਖ ਖਬਰਾਂ ਤੇ ਇੱਕ ਨਜ਼ਰ ਮਾਰਦੇ ਹਾਂ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੇ ਦੌਰਾਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਮੁੱਦਾ ਉਠਾਇਆ। ਉਹਨਾਂ ਦਾਅਵਾ ਕੀਤਾ ਕਿ ਹੁਣ ਤੱਕ 300 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸ਼ਹੀਦ ਹੋਏ ਅੰਨਦਾਤਿਆਂ ਲਈ ਮੇਰਾ 2 ਮਿੰਟਾਂ ਵਿੱਚ ਮੌਨ ਭਾਜਪਾ ਨੂੰ ਪਰਵਾਹ ਨਹੀਂ। ਆਪਣੇ ਕਿਸਾਨ ਮਜ਼ਦੂਰ ਭਰਾਵਾਂ ਦੇ ਬਲੀਦਾਨ ਨੂੰ ਮੈਂ ਵਾਰ ਵਾਰ ਸ਼ਰਧਾਂਜਲੀ ਦੇਵਾਂਗਾ। ਜੋ ਮੇਰੇ ਮੌਤ ਤੋਂ ਡਰਦੇ ਹਨ ਮੈਂ ਉਹਨਾਂ ਤੋਂ ਨਹੀਂ ਡਰਦਾ। ਕਿਸਾਨਾਂ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਹੁਣ ਖੁੱਲ੍ਹ ਕੇ ਬੋਲ ਰਹੇ ਨੇ। ਉਹਨਾਂ ਬੁੱਧਵਾਰ ਨੂੰ ਵੀ ਟਵੀਟ ਕਰਕੇ ਆਖਿਆ ਕਿ ਨਾ ਡਰਾਂਗੇ, ਨਾ ਚੁੱਕਾਂਗੇ, ਅੱਤਿਆਚਾਰ ਦਾ ਸਾਹਮਣਾ ਸੱਤਿਆਗ੍ਰਹਿ ਦੇ ਨਾਲ ਕਰਾਂਗੇ। ਤਿੰਨੇ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਦੱਸ ਦਈਏ ਕਿ 3 ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਸੀਮਾਵਾਂ ਉੱਤੇ ਪਿਛਲੇ 3.5 ਮਹੀਨੇ ਤੋਂ ਅੰਦੋਲਨ ਕਰ ਰਹੇ ਨੇ। ਕਿਸਾਨ ਟਿੱਕਰੀ ਸਿੰਘ ਦੇ ਗਾਜੀਪੁਰ ਬਾਰਡਰ ਉੱਤੇ ਅੰਦੋਲਨ ਕਰ ਰਹੇ ਨੇ। ਉਧਰ ਸਰਕਾਰ ਨੇ 3 ਕਾਨੂੰਨਾਂ ਨੂੰ ਖੇਤੀ ਸੁਧਾਰਾਂ ਦੀ ਦਿਸ਼ਾ ਵਿੱਚ ਵੱਡਾ ਕਦਮ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਦੇ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਉਹਨਾਂ ਦੀ ਫਸਲ ਵੇਚਣ ਲਈ ਉਹਨਾਂ ਦੇ ਕੋਲ ਕਈ ਵਿਕਲਪ ਹੋਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਨਾਰਾਜ਼ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੀਟਿੰਗ ਤੋਂ ਕਾਫੀ ਖੁਸ਼ ਨੇ। ਅੱਜ ਉਹਨਾਂ ਨੇ ਸਪਸ਼ਟ ਕੀਤਾ ਕਿ ਸਿੱਧੂ ਛੇਤੀ ਹੀ ਸਰਕਾਰ ਦਾ ਹਿੱਸਾ ਬਣ ਰਹੇ ਨੇ। ਉਹਨਾਂ ਕਿਹਾ ਕਿ ਸਰਕਾਰ ਵਿਚਲਾ ਹਰ ਕੋਈ ਬੰਦਾ ਚਾਹੁੰਦਾ ਹੈ ਕਿ ਸਿੱਧੂ ਸਰਕਾਰ ਦਾ ਹਿੱਸਾ ਬਣੇ। ਕੈਪਟਨ ਨੇ ਕਿਹਾ ਕਿ ਸਾਡੀ ਦੋਵਾਂ ਦੀ ਬੁੱਧਵਾਰ ਨੂੰ ਬੜੀ ਵਧੀਆ ਮੀਟਿੰਗ ਰਹੀ ਤੇ ਸਿੱਧੂ ਨੇ ਸਰਕਾਰ ਵਿੱਚ ਸ਼ਾਮਲ ਹੋਣ ਲਈ ਫੈਸਲਾ ਕਰਨ ਵਾਸਤੇ ਸਮਾਂ ਮੰਗਿਆ। ਦੱਸ ਦਈਏ ਕਿ ਪਿਛਲੇ ਸਮੇਂ ਵਿੱਚ ਕੈਪਟਨ ਤੇ ਸਿੱਧੂ ਵਿਚਾਲੇ ਕਾਫੀ ਪਾੜ ਵੱਧ ਗਿਆ ਸੀ। ਕੈਪਟਨ ਸਿੱਧੂ ਬਾਰੇ ਕੋਈ ਵੀ ਸਿੱਧਾ ਜਵਾਬ ਦੇਣ ਲਈ ਤਿਆਰ ਨਹੀਂ ਸਨ। ਅੱਜ ਪਹਿਲੀ ਵਾਰ ਕੈਪਟਨ ਨੇ ਬੜੇ ਭਰੋਸੇ ਦੇ ਨਾਲ ਦਾਅਵਾ ਕੀਤਾ ਕਿ ਸਿੱਧੂ ਜਲਦ ਹੀ ਸਰਕਾਰ ਦੇ ਵਿੱਚ ਆ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਦੀ ਦਖਲ ਮਗਰੋਂ ਦੋਵੇਂ ਲੀਡਰ ਨਾਰਾਜ਼ਗੀ ਛੱਡਣ ਲਈ ਤਿਆਰ ਹੋਏ ਨੇ। ਉਧਰ ਕਾਂਗਰਸ ਪਾਰਟੀ ਦੇ ਸੂਤਰਾਂ ਦੇ ਅਨੁਸਾਰ ਅਗਲੇ ਹਫ਼ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਬਾਜ਼ਾਰਤ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ। ਤਾਂ ਨਵਜੋਤ ਸਿੱਧੂ ਦੀ ਵਾਪਸੀ ਹੋ ਸਕਦੀ ਹੈ। ਹਾਲ ਉਹਨਾਂ ਦੀ ਵਾਪਸੀ ਦਾ ਐਲਾਨ ਜਾਣਬੁੱਝ ਕੇ ਨਹੀਂ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਤੇ ਨਵਜੋਤ ਸਿੱਧੂ ਦੀ ਇਹ ਵਾਪਸੀ ਅਗਲੇ ਵਰ੍ਹੇ 2022 ਵਿੱਚ ਹੋਣ ਵਾਲੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਆਪਣੇ ਸਾਰੇ ਅੰਦਰੂਨੀ ਮਤਭੇਦ ਦੂਰ ਕਰ ਲੈਣਾ ਚਾਹੁੰਦੀ ਹੈ। ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੀ ਵਿਸ਼ੇਸ਼ ਪੋਕਸ ਅਦਾਲਤ ਨੇ 5 ਸਾਲਾ ਬੱਚੀ ਦੇ ਨਾਲ ਜਬਰ ਜਨਾਹ ਦੇ ਜੁਰਮ ਹੇਠ 20 ਸਾਲਾ ਸੁਨੀਲ ਕੁਮਾਰ ਕੁਮਾਰ ਨੂੰ ਦੋਸ਼ੀ ਠਹਿਰਾਉਂਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ। ਝੁੰਝੁਨੂ ਜ਼ਿਲ੍ਹੇ ਦੇ ਪਿਲਾਨੀ ਵਿੱਚ ਬੱਚੀ ਦੇ ਨਾਲ 19 ਫਰਵਰੀ ਤੋਂ ਰੇਪ ਹੋਇਆ ਸੀ। ਪੁਲਿਸ ਨੇ ਜਾਂਚ ਕਰਕੇ ਘਟਨਾ ਦੇ ਸਿਰਫ 9 ਦਿਨਾਂ ਦੇ ਅੰਦਰ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਤੇ 40 ਗਵਾਹਾਂ ਦੀਆਂ ਗਵਾਹੀਆਂ ਦੇ ਆਧਾਰ ਉੱਤੇ ਦੋਸ਼ੀ ਨੂੰ ਸਿਰਫ 26 ਦਿਨਾਂ ਵਿੱਚ ਸਜ਼ਾ ਦਿਵਾ ਦਿੱਤੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਹ ਫੈਸਲੇ ਨੂੰ ਪੁਲਿਸ ਨਿਆਂਪਾਲਿਕਾ ਦੀ ਮਹਾਰਤ ਤੇ ਸਰਕਾਰ ਦੀ ਪੀੜਤ ਕੁੜੀ ਨੂੰ ਨਿਆਂ ਦਿਵਾਉਣ ਦੀ ਪ੍ਰਤੀਬੱਧਤਾ ਦੀ ਉਦਾਹਰਣ ਦੱਸਿਆ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੰਗ ਕੀਤੀ ਹੈ ਕਿ ਅੰਦੋਲਨ ਵਾਲੀ ਥਾਂ ਉੱਤੇ ਕਿਸਾਨਾਂ ਦਾ ਟੀਕਾਕਰਨ ਕੀਤਾ ਜਾਵੇ। ਅੰਦੋਲਨ ਵਾਲੀ ਥਾਂ ਉੱਤੇ ਕੋਰੋਨਾ ਦੇ ਖਤਰੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ IANS ਨੂੰ ਦੱਸਿਆ ਕਿ ਕੋਰੋਨਾ ਦੇ ਮਾਮਲੇ ਵੱਧ ਰਹੇ ਨੇ ਅਤੇ ਉਸ ਦੇ ਨਾਲ ਸੰਬੰਧਿਤ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਅੰਦੋਲਨ ਵਾਲੀਆਂ ਥਾਵਾਂ ਉੱਤੇ ਸਮਾਜਿਕ ਦੂਰੀ ਦਾ ਪਾਲਣ ਰੱਖਿਆ ਜਾਵੇ। ਧਰਨਾ ਸਥਾਨ ਤੇ ਆਉਣ ਜਾਣ ਵਾਲੇ ਕਿਸਾਨਾਂ ਨੂੰ ਵੈਕਸੀਨ ਲਾਈ ਜਾਵੇ ਅਤੇ ਮੈਂ ਵੀ ਟੀਕਾ ਲਗਵਾਵਾਂਗਾ। ਜੇਲ੍ਹਾਂ ਵਿੱਚ ਕੈਦੀਆਂ ਦਾ ਜ਼ਿਕਰ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਲ੍ਹਾਂ ਵਿੱਚ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਦੇ ਸੰਦੇਸ਼ ਆ ਰਹੇ ਹਨ ਕਿ ਸਾਡਾ ਮੁੱਦਾ ਵੀ ਚੁੱਕਿਆ ਜਾਵੇ। ਜੇਲ੍ਹਾਂ ਵਿੱਚ ਬਹੁਤ ਭੀੜ ਹੈ, ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਕੈਦੀ ਇੱਕ ਦੂਜੇ ਨਾਲ ਜੁੜ ਕੇ ਸੌਂਦੇ ਨੇ। ਜੇਲ੍ਹਾਂ ਅੰਦਰ ਹੁਣ ਬਹੁਤ ਜ਼ਿਆਦਾ ਭੀੜ ਹੋ ਚੁੱਕੀ ਹੈ। ਜੇਲ੍ਹਾਂ ਅੰਦਰ ਦੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹੋਣੀ ਚਾਹੀਦੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਅੰਦੋਲਨ ਖਤਮ ਨਹੀਂ ਹੋਣ ਦਿੱਤਾ ਜਾਵੇਗਾ, ਸਗੋਂ ਤੰਬੂ ਵੱਡੇ ਕਰ ਲਏ ਜਾਣਗੇ। ਅੰਦੋਲਨ ਲੰਬਾ ਸਮਾਂ ਚੱਲੇਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਵਾਧੇ ਮਾਮਲੇ ਬਾਰੇ ਮੁੱਖ ਮੰਤਰੀ ਦੇ ਨਾਲ ਇੱਕ ਮੀਟਿੰਗ ਕੀਤੀ ਸੀ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਗੱਲ ਆਖੀ ਸੀ। ਮਸਤੂਣਾ ਰੈਲੀ ਵਿੱਚ ਦੀਪ ਸਿੱਧੂ ਦੇ ਸਮਰਥਕਾਂ ਵੱਲੋਂ ਨੌਜਵਾਨਾਂ ਤੋਂ ਮੁਆਫ਼ੀ ਮੰਗਣ ਬਾਰੇ ਕਹੇ ਜਾਣ ਤੇ ਅਜਵਾਲ ਨੇ ਕਿਹਾ ਕਿ ਮੇਰੀ ਮੁਆਫ਼ੀ ਮੰਗਣ ਬਾਰੇ ਕੋਈ ਵੀ ਗੱਲ ਨਹੀਂ, ਮੈਂ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹਾਂ। ਮੈਨੂੰ ਲੱਗਦਾ ਹੈ ਕਿ ਕਿਸਾਨ ਅੰਦੋਲਨ ਜਿੱਥੋਂ ਤੱਕ ਪਹੁੰਚ ਗਿਆ ਸੀ ਉਸਨੂੰ ਕੁਝ ਲੋਕਾਂ ਨੇ ਕਰਾਲੀ ਸੱਟ ਮਾਰੀ, ਨਹੀਂ ਤਾਂ ਅੱਜ ਤੱਕ ਫੈਸਲਾ ਹੋ ਜਾਣਾ ਸੀ। ਇੱਕ ਹੋਰ ਸਵਾਲ ਦੇ ਜਵਾਬ 'ਚ ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਕਿਹਾ ਗਿਆ ਸੀ ਕਿ ਇਹ ਸਿਰਫ ਪੰਜਾਬ ਦਾ ਅੰਦੋਲਨ ਹੈ, ਫਿਰ ਹੌਲੀ ਹੌਲੀ ਇਹ ਸਾਰੇ ਸੂਬੇ ਦੇ ਵਿੱਚ ਫੈਲਿਆ। ਇਸ ਲਈ ਇਸ ਅੰਦੋਲਨ ਨੂੰ ਸਾਰੇ ਦੇਸ਼ਾਂ ਅੰਦੋਲਨ ਨੂੰ ਸਾਬਤ ਕਰਨ ਲਈ ਸਾਰੇ ਸੂਬਿਆਂ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਕੇਂਦਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ਼ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਦੇ ਦਿੱਤਾ ਜਾ ਰਿਹਾ ਧਰਨਾ 102 ਦਿਨ ਦੇ ਵਿੱਚ ਦਾਖਲ ਹੋ ਗਿਆ। ਇੱਥੇ ਦੱਸ ਦਈਏ ਕਿ ਧਰਨੇ ਤੇ ਸੰਵਿਧਾਨ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਰਾਵਤ ਅਤੇ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਪਾਰਟੀ ਦੇ ਸੰਸਦ ਮੈਂਬਰਾਂ ਦਾ ਹੌਸਲਾ ਵਧਾਉਣ ਲਈ ਖਾਸ ਤੌਰ ਤੇ ਹਾਜ਼ਰ ਹੋਏ ਨੇ। ਧਰਨੇ ਵਿੱਚ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ, ਗੁਰਜੀਤ ਸਿੰਘ ਔਜਲਾ, ਡਾਕਟਰ ਅਮਰ ਸਿੰਘ, ਮੁਹੰਮਦ ਸਰੀਕ ਅਤੇ ਹੋਰ ਸ਼ਾਮਲ ਹੋਏ। ਇਹਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉਚਾਰੀ ਇਲਾਹੀ ਬਾਣੀ ਦੇ ਕੀਰਤਨ ਦਾ ਪ੍ਰਚਾਰ ਤੇ ਪ੍ਰਸਾਰ ਲਈ ਜੋ ਵਡਮੁੱਲੇ
21 मार्च शनिवार एतवार को 6 बजे तो 10:30 बजे तक अमृत सागर कंपनी वालों विशेष तौर पर आयोजित किए जा रहे 15वें अमृत सागर शुकराना समागम के सदे पत्र उचित तौर पर रिलीज करने पुजे। ज्ञानी हरप्रीत सिंह जी ने कहा कि शुकराना समागम में यादगारी समागम होगा जिस विच पंथ प्रसिद्ध कीर्तनी जथे संत महापुरश आजियां भर के संतों गुरु जस राही निहाल करनगियां। किसानों अंदोलन की हिमायत में मजदूर महापंचायत 21 मार्च को नवी अनाज मंडी नाभा विखे सजी गई है। कश्मीर सिंह गोदाय ने दसा कि खेती के नाल संबंधित तीन काले कानूनों और घट्टो घट्ट समर्थन मुल लई कानूनी गारंटी की मांग को लेकर चल रहे किसान अंदोलन के समर्थन में इतने विशाल मजदूर महापंचायत रखी गई है। इस महापंचायत में भारतीय किसान यूनियन राज्यवाल के कौमी प्रधान बलवीर सिंह राज्यवाल बीकेयू टकाउंदर जनरल सकत्तर जगमोहन सिंह तो इलावा संयुक्त किसान मोर्चा के सहयोगी मजदूर जथेबंदियों के आगू संबोधित करेंगे। इस मजदूर महापंचायत की सफलता लिए सारिया ट्रेड यूनियन मजदूर संगठन के किसान आगुओं वालों पिंड पिंड नुक्कड़ मीटिंग की जा रही हैं। पिंड फत्तामालोकी की ग्राम पंचायत का पंचायत विभाग वालों रिकॉर्ड न देने सरपंच एडवोकेट गुरसेव सिंह ने पत्रकारों को प्रेस कॉन्फ्रेंस के राही जानकारी देंदे कहा कि मेरे पिंड का पिछले 20 साल तो रुका हुआ विकास कार्य रिकॉर्ड तोड़ किया गया। पंचायत विभाग ने किसी का शलाघा करनी थी सगो मेरा पंचायत का रिकॉर्ड ही अपने को रख लिया। इस संबंधी डिप्टी कमिश्नर मानसा DDPO मानसा BDPO सदोगढ़ को भी मिलया गया है परंतु हर पास यही जवाब मिला कि साढ़े को रिकॉर्ड नहीं है जबकि पंचायत सकत्र मेरी पंचायत का रिकॉर्ड लेके गए सन हाले तक नहीं मिलया। जेकर ग्राम पंचायत का रिकॉर्ड ना मिलया तो संघर्ष होर तेज किया जाएगा। संबंधित अधिकारियों के खिलाफ बनती कार्रवाई करने की मांग की। काले कानून रद्द करने किसानी संघर्ष में जो काम किया जाता है उसका खामियाजा पंजाब सरकार के पंचायत विभाग वालों भुगत रहे हैं। गुम नहीं कह सकता काफी समय तो जिहड़ा है सानू रिकॉर्ड नहीं अवेलेबल हो रहा। असीं आपदे पद्धर ते जिहड़ा हैगा DC साहब नूं भी अप्रोच कर चुके हैं और जिहड़ा DDPO साहब नूं भी कई बार फोन ते भी और परसनली जाके भी पंचायत ने अप्रोच की है। BDO साहब नूं भी कई बार लिखती रूप दे विच भी असीं DC साहब नूं भी लिखती रूप दे विच दित्ता है और BDO साहब नूं भी लिखती रूप दे विच दित्ता है। सानू जिहड़ा इहदा रिकॉर्ड है तकरीबन 10-15 दिनों तो जो तक नवे सैकटरी ने चार्ज लिया उस तो बाद बिल्कुल सानू रिकॉर्ड नहीं मिल रहा उसके कारण सानू काफ़ी परेशानी आ रही है और असी पिलर टू पोस्ट जा रहे हैं परंतु सानू कोई वाजिब उत्तर अजे तक नहीं मिले कि साडा रिकॉर्ड कित्थे है। ਜਦੋਂ ਰਿਕਾਰਡ ਕਿਸੇ ਬੰਦੇ ਨੂੰ ਸਬਮਿਟ ਕੀਤਾ ਜਾਂ ਉਸ ਸਮੇਂ ਦਾ ਪੰਚਾਇਤ ਸੈਕਟਰੀ ਕੌਣ ਸੀ? ਜਦੋਂ ਰਿਕਾਰਡ ਸਬਮਿਟ ਹੋਇਆ ਜਾਂ ਰਿਕਾਰਡ ਅੱਗੇ ਟ੍ਰਾਂਸਫਰ ਹੋਇਆ ਉਸ ਸਮੇਂ ਗੁਰਮੇਲ ਸਿੰਘ ਨਾਂ ਦਾ ਸਾਡੇ ਕੋਲ ਪੰਚਾਇਤ ਸਕੱਤਰ ਸੀ ਔਰ ਉਹਦੀ ਕਸਟਡੀ ਦੇ ਵਿੱਚ ਰਿਕਾਰਡ ਸੀ। ਉਸ ਤੋਂ ਬਾਅਦ ਉਹਨੇ ਗੁਰਮੇਲ ਸਿੰਘ ਦੇ ਦੱਸਣ ਅਨੁਸਾਰ ਰਿਕਾਰਡ ਸ਼ਾਮ ਸੁੰਦਰ ਨੂੰ ਦੇ ਦਿੱਤਾ ਸੀ। ਸ਼ਾਮ ਸੁੰਦਰ ਸਾਡਾ ਨਵਾਂ ਪੰਚਾਇਤ ਸਕੱਤਰ ਹੈ ਔਰ ਮੈਂ ਪੰਚਾਇਤ ਸਕੱਤਰ ਨੂੰ ਕਾਫ਼ੀ ਵਾਰੀ ਬੇਨਤੀ ਕਰ ਚੁੱਕਿਆ ਸ਼ਾਮ ਸੁੰਦਰ ਨੂੰ ਕਿ ਉਹ ਆ ਕੇ ਜਿਹੜਾ ਪੰਚਾਇਤ ਦੇ ਕੰਮ ਜਿਵੇਂ ਕਿ ਸਾਡੇ ਕੋਲ 15ਵੇਂ ਵਿੱਤ ਕਮਿਸ਼ਨ ਦੇ ਔਰ 14ਵੇਂ ਵਿੱਤ ਕਮਿਸ਼ਨ ਦੇ ਕਾਫ਼ੀ ਪੈਸੇ ਪਏ ਨੇ ਔਰ ਸਾਡੇ ਵਿਕਾਸ ਕਾਰਜ ਜਿਹੜੇ ਹੈਗੇ ਨੇ ਰੁਕੇ ਪਏ ਨੇ ਸਿਰਫ ਰਿਕਾਰਡ ਦੀ ਅਵੇਲੇਬਿਲਟੀ ਹੋਣ ਨਾ ਕਾਰਨ ਤਾਂ ਸਾਨੂੰ ਪੰਚਾਇਤ ਸਕੱਤਰ ਨੇ ਇਹ ਗੱਲ ਕਹੀ ਕਿ ਮੇਰਾ ਜਿਹੜਾ ਰਿਕਾਰਡ ਹੈ ਆਪਣੀ ਪੰਚਾਇਤ ਦਾ ਉਹ DDPO ਸਾਹਿਬ ਕੋਲ ਚਲਿਆ ਗਿਆ। ਅਸੀਂ ਪੰਚਾਇਤ DDPO ਸਾਹਿਬ ਨੂੰ ਪਰਸਨਲੀ ਜਾ ਕੇ ਮਿਲੇ ਹਾਂ। DDPO ਸਾਹਿਬ ਨੇ ਦੱਸਿਆ ਕਿ ਉਹਨਾਂ ਪਾਸੇ ਰਿਕਾਰਡ ਨਹੀਂ ਹੈ ਔਰ ਅੱਜ ਵੀ ਮੇਰੀ DDPO ਸਾਹਿਬ ਨਾਲ ਵੀ ਫੋਨ 'ਤੇ ਗੱਲ ਹੋਈ ਹੈ। ਉਹਨਾਂ ਨੇ ਮੈਨੂੰ ਇੱਥੋਂ ਤੱਕ ਕਿਹਾ ਕਿ ਜਿਹੜਾ ਪੰਚਾਇਤ ਸਕੱਤਰ ਇਹ ਕਹਿੰਦਾ ਹੈ ਕਿ ਮੈਂ ਰਿਕਾਰਡ ਮੈਂ ਲੈ ਕੇ ਹਾਂ ਤਾਂ ਉਹ ਆਪਦਾ ਬਿਆਨ ਜਿਹੜਾ ਹੈ DDPO ਸਾਹਿਬ ਕੋਲ ਲਿਖਾਵੇ। ਕੀ ਤੁਹਾਡੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਕੋਲ ਕੰਪਲੇਂਟ ਸੀ ਜਾਂ ਤੁਹਾਡਾ ਰਿਕਾਰਡ ਹੀ ਕਿਉਂ ਮਤਲਬ ਕਿ ਇੱਦਾਂ? ਨਹੀਂ ਦੇਖੋ, ਮੇਰੇ ਖਿਲਾਫ਼ ਅੱਜ ਤੱਕ ਵਾਹਿਗੁਰੂ ਦੀ ਕਿਰਪਾ ਦੇ ਕਾਰਨ ਜਿਹੜਾ ਹੈ ਕੋਈ ਲਿਖਤੀ ਸ਼ਿਕਾਇਤ ਨਹੀਂ ਹੈ। ਮੈਂ DC ਸਾਹਿਬ ਨੂੰ ਵੀ ਪੇਸ਼ ਹੋ ਕੇ ਦੱਸਿਆ ਹਾਂ ਔਰ ਮੈਂ DDPO ਸਾਹਿਬ ਦੇ ਵੀ ਮੈਂ ਪੇਸ਼ ਹੋ ਕੇ ਉਹਨਾਂ ਤੋਂ ਵੀ ਪੁੱਛਿਆ ਵੀ ਮੇਰੇ ਖਿਲਾਫ਼ ਕੋਈ ਸ਼ਿਕਾਇਤ ਤਾਂ ਉਹਨਾਂ ਨੇ ਦੱਸਿਆ ਵੀ ਤੁਹਾਡੇ ਖਿਲਾਫ਼ ਕੋਈ ਸ਼ਿਕਾਇਤ ਨਹੀਂ ਹੈ। BDO ਸਾਹਿਬ ਨੂੰ ਮੈਂ ਪਹਿਲਾਂ ਵੀ ਮਿਲਿਆ ਸੀ, ਅੱਜ ਵੀ ਮਿਲ ਕੇ ਆਇਆ ਔਰ ਜਿਹੜਾ ਹੈ ਉਹਨਾਂ ਨੂੰ ਵੀ ਪੁੱਛਿਆ ਵੀ ਮੇਰੇ ਖਿਲਾਫ਼ ਕੋਈ ਲਿਖਤੀ ਸ਼ਿਕਾਇਤ ਤਾਂ ਉਹਨਾਂ ਨੇ ਵੀ ਦੱਸਿਆ ਵੀ ਤੁਹਾਡੇ ਖਿਲਾਫ਼ ਕੋਈ ਲਿਖਤੀ ਸ਼ਿਕਾਇਤ ਨਹੀਂ। ਪਤਾ ਨਹੀਂ ਕਿਉਂ ਜਿਹੜਾ ਹੈ ਸਾਨੂੰ ਸਮੁੱਚੇ ਨਗਰ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਅੱਜ ਤੋਂ ਨਹੀਂ ਹੈ ਇਹ ਔਰ ਪਿੱਛੇ ਕੋਈ 15-20 ਦਿਨਾਂ ਤੋਂ ਸਾਨੂੰ ਇਸ ਚੀਜ਼ ਦਾ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਲੱਗਦਾ ਤੁਹਾਨੂੰ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਪੋਲੀਟੀਕਲ ਜਾਂ ਕੋਈ ਇਸ ਤਰ੍ਹਾਂ ਦੀ? ਦੇਖੋ, ਮੈਂ ਸਪਸ਼ਟ ਤੌਰ 'ਤੇ ਤਾਂ ਕੁਛ ਨਹੀਂ ਕਹਿ ਸਕਦਾ ਅਜੇ, ਪਰ ਜਿਹੜਾ ਹੈ ਵਾਕਈ ਇਹਦੇ ਪਿੱਛੇ ਕਿਸੇ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਵੀ ਹੋ ਸਕਦਾ ਔਰ ਕਿਸੇ ਸਿਆਸੀ ਬੰਦੇ ਦਾ ਵੀ ਹੱਥ ਹੋ ਸਕਦਾ। ਵੈਸੇ ਮੈਂ ਜਿਹੜਾ ਹੈ ਖੁਦ ਕਾਂਗਰਸ ਪਾਰਟੀ ਨਾਲ ਰਿਲੇਟਡ ਹਾਂ, 50 ਸਾਲ ਤੋਂ ਅਸੀਂ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਜੁੜੇ ਹੋਏ ਹਾਂ ਔਰ ਮੇਰੇ ਦਾਦਾ ਜੀ, ਮੇਰੇ ਪਿਤਾ ਜੀ ਔਰ ਮੈਂ ਵੀ ਕਾਂਗਰਸ ਪਾਰਟੀ ਦੀ ਕਾਫ਼ੀ ਲੰਬੇ ਅਰਸੇ ਤੋਂ ਸੇਵਾ ਕੀਤੀ ਹੈ। ਸੋ ਇਸ ਤਰ੍ਹਾਂ ਸਾਨੂੰ ਪੰਜਾਬ ਸਰਕਾਰ ਤੋਂ ਤਾਂ ਉਮੀਦ ਨਹੀਂ ਹੈ ਕਿ ਪੰਜਾਬ ਸਰਕਾਰ ਕੁਛ ਐਸਾ ਕਰ ਸਕਦੀ ਹੈ, ਪਰ ਕਿਸੇ ਸਿਆਸੀ ਆਗੂ ਦਾ ਹੋ ਸਕਦਾ, ਮੈਂ ਨਾਮ ਨਹੀਂ ਲਊਂਗਾ। ਕੋਈ ਪੰਚਾਇਤ ਸਰਪੰਚ ਹੋਣ ਦੇ ਨਾਂ 'ਤੇ ਤੁਸੀਂ ਪਿਛਲੇ ਦਿਨ ਕਿਸਾਨ ਯੂਨੀਅਨ 'ਚ ਸਰਗਰਮ ਹੋ, ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਕਿ ਤੁਹਾਨੂੰ ਇਸ ਕਰਕੇ? ਦੇਖੋ, ਮੈਂ ਵਾਕਈ ਇਹ ਗੱਲ ਸਹੀ ਹੈ ਕਿ ਪਿੱਛੇ ਸਾਰੀ ਮੈਂ ਨਹੀਂ, ਮੈਂ ਮੇਰਾ ਸਮੁੱਚਾ ਨਗਰ ਔਰ ਮੇਰੀ ਜਿਹੜੀ ਪੰਚਾਇਤ ਹੈ ਅਸੀਂ ਵਾਕਈ ਕਿਸਾਨੀ ਸੰਘਰਸ਼ ਲਈ ਕੰਮ ਕਰ ਰਹੇ ਹਾਂ। ਤਕਰੀਬਨ 7-8 ਮਹੀਨੇ ਤੋਂ ਅਸੀਂ ਲੱਗੇ ਹੋਏ ਹਾਂ ਔਰ ਜਿਹੜੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਖੜੀ ਹੈ ਔਰ ਜਿਸ ਦਿਨ ਅਸੀਂ DC ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਉਸ ਦਿਨ ਵਾਕਈ ਮੇਰੇ ਨਾਲ ਜਿਹੜੇ ਇਹ ਸੀ
अपने भारतीय किसान यूनियन एकता उग्राहां दे जिन्ने भी अहुदेदार सी चाहे वह ब्लाक के होण जां जिले के होण मेरे नाल गए सी और उन्होंने समुचे तौर पर जिहड़ा है डीसी साहब नूं दस्सिया सी कि सरपंच साडे लई काम करदा है और इहनूं इहनां चीज़ हालातों का सामना करना पै रहा है, वह मेरे नाल ने सारे। लास्ट सवाल है सरपंच साहब, रिकॉर्ड ना होण करके पंचायत नूं किहड़े विकास चों ज़्यादा तुहाडे मुश्किल आ रही ने? बहुत ज़्यादा आ रही सानूं मुश्किल साढ़े को, असी बहुत तरह के काम चलाए हुए हैं। मनरेगा के भी मैं आपके ध्यान में लिया देना चाहना, जो तो मैं जो चार्ज संभालिया बतौर सरपंच तो मैं 2018-15 अगस्त में जोड़ा SDM अपने सीए मुहम्मद लतीफ जी उन्होंने वालों सम्मान किया गया और 26 जनवरी 2019 मैं डीसी साहब मानसा और अपने मंत्री फूड सप्लाई वाले उन्होंने सम्मान किया और मैं जोड़े अज जे है साढ़े सारे काम ठप ने और सू बड़ी मुश्किल आ रही है। ईवन के साड़िया जिहड़ियां काम असी चला ले सी उन्हां दियां पेमेंट्स मटीरियल दियां पेमेंट्स और मिस्त्रियों की पेमेंट सारे वो साड़ी पंचायत की जिहड़ी है साढ़े तो वार बार मंग कर रहे और असी जिहड़े हैगे आ लाचार हाँ उन्होंने पेमेंट्स नहीं कर रहे, तो वाकई जिहड़ा है इस चीज़ का असर साढ़े विकास कार्यों पर पै रहा है। रिकॉर्ड नाल तुहाडे मन च भी है भी कोई रिकॉर्ड नाल भी छेड़छाड़ की? बिल्कुल बिल्कुल, देखो मैं वकील हाँ, मैनू जदों इस गल का खदशा है कि जिवें मैं अज वीडियो साहब नूं भी जाके पुछया सी कि किस तरह का कोई लैटर जारी किया हो। सो अज दी खबर समाप्त करदे हां, धन्यवाद।